जिथे कोरोना वायरस दे लोकां नूं बचाउण लई पूरे भारत नूं 22 मार्च तों लगातार लॉकडाउन कीता होया है, उत्थे बंद दरमियान हर वर्ग दे कारोबार ते बुरा असर पै रिहा है। हर व्यक्ति अपने घरां विच रह के ही समां बतीत कर रिहा है। हर एक दे कारोबार बुरी तरह ठप पए ने। इसे तरह ही मोगा जिले दे पिंड बुटर विखे सब्जी तैयार करके वख-वख मंडियां नूं सप्लाई करन वाले बोरियां सिख भाईचारे लोकां ने की किया, आओ सुणदे हां उहनां दे जुबानी उहनां दा दर्द। ਅਸੀਂ ਚਾਹੁੰਦੇ ਜੀ ਸਾਡੀ ਸਰਕਾਰ ਸੁਣੇ। ਅਸੀਂ ਜ਼ਮੀਨ ਠੇਕੇ 'ਤੇ ਲੈ ਕੇ ਅਤੇ ਸਬਜ਼ੀਆਂ ਪੈਦਾ ਕਰਦੇ ਹਾਂ, ਪਰ ਸਾਡੀਆਂ ਸਬਜ਼ੀਆਂ ਵਿਕ ਨਹੀਂ ਰਹੀਆਂ। ਤੁਸੀਂ ਦੇਖ ਸਕਦੇ ਹੋ ਸਾਡੀਆਂ ਸਬਜ਼ੀਆਂ ਸਾਰੀਆਂ ਹੀ ਖਰਾਬ ਹੋਈ ਜਾਂਦੀਆਂ ਪਈਆਂ, ਅਤੇ ਮੰਡੀਆਂ ਦੇ ਵਿੱਚ ਸਾਨੂੰ ਨਹੀਂ ਵੜਨ ਦਿੱਤਾ ਜਾਂਦਾ। ਗੱਡੀ ਸਿਰਫ ਐਂਟਰ ਹੁੰਦੀ ਹੈ ਇਕੱਲੀ, ਅਸੀਂ ਸਬਜ਼ੀ ਰੱਖ ਕੇ ਮੁੜ ਆਉਂਦੇ ਹਾਂ ਅਤੇ ਆੜ੍ਹਤੀ ਆਪਣੀ ਮਨ ਮਰਜ਼ੀ ਨਾਲ ਸਾਨੂੰ ਪੈਸੇ ਦਿੰਦੇ ਆ। ਉਹ ਨਾ ਅਸੀਂ ਸਬਜ਼ੀ ਕੋਲੇ ਖੜ੍ਹ ਕੇ ਵੇਚ ਸਕਦੇ ਹਾਂ ਅਤੇ ਨਾ ਸਾਨੂੰ ਰਾਹ ਦੇ ਵਿੱਚ ਕਿਤੇ ਵੇਚਣ ਦਿੰਦੇ ਹੋਰ ਜਗ੍ਹਾ 'ਤੇ। ਸਾਡੀ ਇਹੀ ਮੰਗ ਹੈ ਵੀ ਸਾਨੂੰ ਸਬਜ਼ੀਆਂ ਦੇ ਵੇਚਣ ਦੀ ਜ਼ਿੰਮੇਦਾਰੀ ਪੂਰੀ ਦਿੱਤੀ ਜਾਵੇ, ਪਰਮਿਸ਼ਨ। ਜਿਹੜਾ ਆੜ੍ਹਤੀ ਖਰੀਦਦੇ ਆ ਉਹ ਕੀ ਰੇਟ 'ਤੇ ਖਰੀਦਦੇ ਤੁਹਾਨੂੰ? ਉਹ ਜੀ ਸਾਨੂੰ ਆਪਣੀ ਮਰਜ਼ੀ ਨਾਲ ਖਰੀਦਦੇ, ਉਹ 2-3 ਰੁਪਏ 5 ਰੁਪਏ ਤੱਕ ਇੱਦਾਂ ਵੀ 2-3-5-7 ਇੱਦਾਂ ਰੇਟ ਹੁੰਦਾ ਉਹਨਾਂ ਦਾ ਆਪਣਾ। ਅੱਛਾ, ਤੁਹਾਡਾ ਕੀ ਨੁਕਸਾਨ ਕੀ ਹੋ ਰਿਹਾ? ਨੁਕਸਾਨ ਆਹੀ ਹੋ ਰਿਹਾ ਜੀ, ਸਾਡਾ ਬਿਲਕੁਲ ਵੀ ਸਬਜ਼ੀ ਨਹੀਂ ਵਿਕਦੀ ਪਈ ਅਤੇ ਸਾਡੇ ਖਰਚੇ ਇੰਨੇ ਜ਼ਿਆਦਾ ਹੋਏ ਹੋਏ ਆ ਸਬਜ਼ੀਆਂ 'ਤੇ ਕਿ ਜ਼ਮੀਨ ਵੀ ਠੇਕੇ 'ਤੇ ਆ, ਬੀਜ ਅਸੀਂ ਉਧਾਰ ਲਿਆਂਦਾ ਵਾ, ਦਵਾਈਆਂ ਰੇਹ ਸਪਰੇ ਸਾਰਾ ਕੁਝ ਸਾਡਾ ਉਧਾਰ ਆਇਆ ਵਾ ਜੀ, ਅਤੇ ਉਹ ਸਾਡੇ ਕੋਲ ਹੁਣ ਜੇ ਅਸੀਂ ਸਬਜ਼ੀ ਵੇਚਾਂਗੇ ਤਾਂ ਸਾਡੇ ਕੋਲ ਮੁਨਾਫਾ ਹੋਊਗਾ, ਪਰ ਜਿਹੜੇ ਵੱਡੇ ਕਿਸਾਨ ਜਿਨ੍ਹਾਂ ਕੋਲ ਅਸੀਂ ਜ਼ਮੀਨਾਂ ਲਈਆਂ ਉਹ ਸਾਡੇ ਕੋਲੋਂ ਪੈਸਾ ਮੰਗਦੇ ਆ, ਉਹ ਕਹਿੰਦੇ ਵੀ ਸਾਨੂੰ ਠੇਕਾ ਮਿਲਣਾ ਚਾਹੀਦਾ ਵਾ, ਪਰ ਅਸੀਂ ਠੇਕਾ ਕਿੱਥੋਂ ਦਈਏ ਜਦੋਂ ਸਾਨੂੰ ਕੋਈ ਸਾਡੇ ਕੋਲ ਪ੍ਰੋਪਰਟੀ ਨਹੀਂ, ਹੋਰ ਵੀ ਸਾਡੀ ਸਬਜ਼ੀ ਵੀ ਕੋਈ ਸਬਜ਼ੀ ਵੇਚਾਂਗੇ ਫਿਰ ਹੀ ਸਾਨੂੰ ਪੈਸੇ ਮਿਲਣਗੇ, ਫਿਰ ਹੀ ਅਸੀਂ ਦੇਵਾਂਗੇ ਕਰਜ਼ ਆਪਣਾ। ਕਿੰਨੇ ਕੋਈ ਕਿਸਾਨ ਨੇ ਜਿਹੜੇ ਇਸ ਪਿੰਡ ਦੇ ਜਿਹੜੇ ਤੁਸੀਂ ਖੇਤੀ ਕਰਦੇ ਹੋ? ਸਾਡੇ ਇਸ ਪਿੰਡ ਦੇ ਵਿੱਚ ਟੋਟਲੀ ਸਾਰੇ ਹੀ ਜਿੰਨੇ ਵੀ ਬੋਰੀ ਸਿੱਖ ਜਾਤੀ ਨਾਲ ਸੰਬੰਧ ਰੱਖਦੇ ਆ ਸਾਰਾ ਹੀ ਮੁਹੱਲਾ। ਸਾਡੇ ਇੱਥੇ 450-500 ਘਰ ਆ ਅਤੇ ਉਹਨਾਂ ਦੇ ਵਿੱਚੋਂ 350 ਘਰ ਸਬਜ਼ੀ ਲਾਉਂਦਾ ਪਿਆ ਅਤੇ ਜ਼ਮੀਨਾਂ ਜਿਹੜੀਆਂ ਨੇ ਠੇਕੇ 'ਤੇ ਲੈਣੇ ਸਾਰੇ? ਹਾਂਜੀ ਹਾਂਜੀ, ਸਾਰੇ ਜ਼ਮੀਨਾਂ ਠੇਕੇ 'ਤੇ ਨੇ। ਕਿਸੇ ਕੋਲ ਆਪਣੀ ਵੀ ਕੋਈ ਵੀ ਸਾਧਨ ਹੈ ਨਹੀਂ ਗਾ ਜੀ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਕੋਲ ਸਬਜ਼ੀ ਨੂੰ ਸਾਂਭਣ ਵਾ ਕੋਈ ਉੱਦਾਂ ਦਾ ਉਪਰਾਲਾ ਹੈ ਨਹੀਂ ਗਾ ਜੀ। ਕੀ ਚਾਹੁੰਦੇ ਕੀ ਤੁਸੀਂ? ਅਸੀਂ ਚਾਹੁੰਦੇ ਜੀ ਸਾਡੀ ਸਬਜ਼ੀ ਵਿਕੇ, ਸਰਕਾਰ ਸਾਡਾ ਸਾਥ ਦੇਵੇ, ਸਾਡੀਆਂ ਸਬਜ਼ੀਆਂ ਹਰੇਕ ਮੰਡੀ ਵਿੱਚ ਪਹੁੰਚਣ, ਜਿੱਦਾਂ ਕਿ ਅਸੀਂ ਮੋਗਾ, ਫਿਰੋਜ਼ਪੁਰ, ਲੁਧਿਆਣਾ ਹਰੇਕ ਜ਼ਿਲ੍ਹੇ ਦੇ ਵਿੱਚ ਸ਼ਹਿਰਾਂ ਦੇ ਵੱਡੇ ਵੱਡੇ ਸ਼ਹਿਰਾਂ 'ਚ ਵੇਚ ਕੇ ਆਉਂਦੇ ਹਾਂ, ਸਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਹੁਣ ਬਾਹਰੀ ਸ਼ਹਿਰਾਂ 'ਤੇ ਵੀ ਪਾਬੰਦੀ ਆ ਤੁਹਾਨੂੰ? ਹਾਂਜੀ, ਹਰੇਕ ਸ਼ਹਿਰ 'ਤੇ ਸਾਨੂੰ ਪਾਬੰਦੀ ਹੈ, ਸਿਰਫ ਮੰਡੀ ਦੇ ਵਿੱਚ ਹਰੇਕ ਜਿੱਥੇ ਵੀ ਜਾਈਏ ਰੱਖ ਕੇ ਸਾਨੂੰ ਸਬਜ਼ੀ ਵਾਪਸ ਆਉਣੀ ਪੈਂਦੀ, ਕਿਸੇ ਵੀ ਮੰਡੀ ਚਲੇ ਜਾਈਏ। ਪਹਿਲੀ ਗੱਲ ਤਾਂ ਮੰਡੀਆਂ ਸਾਰੀਆਂ ਹੀ ਬੰਦ ਹੈ ਜੀ। ਸਬਜ਼ੀ ਬੀਜਦੇ ਹੋ? ਸਬਜ਼ੀ ਸਾਡੇ ਕੋਲ 20 ਕਿੱਲੇ ਹੁੰਦੇ ਬੀਜੇ ਵੇ। ਅੱਛਾ ਜੀ, ਜਿਹਦੇ 'ਚ ਅਸੀਂ ਹੁਣ 17 ਕਿੱਲੇ ਗੋਭੀ ਦੇ ਲੱਗੇ ਵੇ, ਸਾਡੇ 4 ਕਿੱਲੇ ਤਾਂ ਲਵੇਟ 'ਚ ਆ ਗਏ, ਉਹ ਤਾਂ ਵਿਕੇ ਨਹੀਂ, ਵਾਹ ਬੂਹ ਦਿੱਤੀ, ਅਤੇ ਹੁਣ ਮੇਰੇ ਖਿਆਲ 'ਚ ਵੀ 10 ਅਤੇ 3 13 14 ਕਿੱਲੇ 15 ਕਿੱਲੇ ਹੁਣ ਖੜੀ ਜਿਹੜੀ ਗੋਭੀ ਹੈ। ਹਾਂਜੀ, ਗੋਭੀ ਆ ਸਾਰੀ। ਕੀ ਨੁਕਸਾਨ ਕੀ ਹੋ ਰਿਹਾ? ਬਹੁਤ ਜ਼ਿਆਦਾ ਹੋ ਰਿਹਾ, ਅਸੀਂ ਕਹਿ ਹੀ ਨਹੀਂ ਸਕਦੇ ਨੁਕਸਾਨ ਦਾ। ਕਿਸ ਤਰ੍ਹਾਂ ਦਾ ਨੁਕਸਾਨ? ਬਈ ਇਸ ਤਰ੍ਹਾਂ ਦਾ ਨੁਕਸਾਨ ਹੈ, ਵਿਖਰ ਹੀ ਨਹੀਂ ਰਹੀ। ਲੁਧਿਆਣੇ ਹੁਣ ਜਾਂਦੇ ਹਾਂ, ਲੁਧਿਆਣਾ ਇੱਕ ਦਿਨ ਖੁੱਲ੍ਹਦਾ, ਉਹ ਵੀ 2 ਘੰਟੇ ਖੁੱਲ੍ਹਦਾ, ਉਹ ਵੀ ਉਹਨਾਂ ਦੇ ਕਾਗਜ਼ ਬਣੇ ਵੇ, ਉਹ ਹੀ ਆਉਂਦਾ, ਮਰਜ਼ੀ ਨਾਲ ਲੈਂਦੇ ਜਾਂ ਨਹੀਂ ਲੈਂਦੇ। ਅੱਛਾ, ਰੇਟ ਮਿਲ ਰਿਹਾ ਨਹੀਂ? ਨਹੀਂ ਮਿਲਦਾ, ਬਿਲਕੁਲ ਨਹੀਂ ਮਿਲਦਾ ਸਾਨੂੰ। ਇਹਦਾ ਪੱਲਿਓਂ ਦੇ ਕੇ ਉੱਠ ਆਉਂਦੇ, ਇਹੋ ਜਿਹਾ ਚਾਂਸ ਬਣਿਆ ਸਾਡੇ। ਜ਼ਮੀਨਾਂ ਜਿਹੜੀਆਂ ਨੇ ਠੇਕੇ 'ਤੇ ਲਈਆਂ? ਠੇਕੇ 'ਤੇ ਜੀ ਕਿਸੇ ਦਾ 55,000 ਹੈ, ਕਿਸੇ ਦਾ 60,000 ਹੈ, ਦੋਵੇਂ ਖੇਤ ਮਾਮਲੇ 'ਤੇ ਹੈ। ਕਿਵੇਂ ਹੱਲ ਕਿਵੇਂ ਹੋ ਸਕਦਾ? ਬਸ ਹੱਲ ਹੁਣ ਤੁਸੀਂ ਦੇਖੋ, ਤੁਸੀਂ ਕਰ ਸਕਦੇ, ਅਸੀਂ ਤਾਂ ਕਰ ਹੀ ਨਹੀਂ ਸਕਦੇ, ਅਸੀਂ ਤਾਂ ਕਰ ਹੀ ਨਹੀਂ ਸਕਦੇ। ਸਰਕਾਰ ਤੋਂ ਕਿੰਨਾ ਕੁ ਘਾਟਾ ਕਿੰਨਾ ਕੁ ਪੈ ਰਿਹਾ? ਘਾਟਾ ਤਾਂ ਸਾਰਾ ਹੀ ਪੈ ਰਿਹਾ, 55,000 ਦੇਖ ਲਓ ਵੀ, 10,000 ਦਾ ਤਾਂ ਇਕੱਲਾ ਬੀਜ ਆਇਆ ਵਾ, ਉੱਤੇ 3 ਬੋਰੀਆਂ ਡਾਈ ਦੀਆਂ ਪਾਈਆਂ ਹੋਈਆਂ, 5-5 ਬੋਰੀਆਂ 4-4 ਯੂਰੀਏ ਦੀਆਂ ਪਾਈਆਂ ਹੋਈਆਂ, ਅਤੇ ਲੇਬਰ ਕਿੰਨੀ ਅਤੇ ਤੇਲ ਕਿੰਨਾ ਤੁਸੀਂ ਲਾ ਲਓ ਐਸਟੀਮੇਟ, ਅਸੀਂ ਫਿਰ ਵੀ ਇਹਦੇ 'ਚੋਂ ਗੁਜ਼ਾਰਾ ਕਰਦੇ ਹਾਂ ਅਤੇ ਨਾਲੇ ਮਾਲਕ ਨੂੰ ਦਿੰਦੇ ਹਾਂ, ਅਤੇ ਹੁਣ ਸਾਡੇ ਕੋਲ ਕੋਈ ਨਹੀਂ, ਹੱਥ ਖੜ੍ਹੇ ਆ ਸਾਡੇ। ਆਜ਼ਾਦੀ ਨਾਲ ਸੰਬੰਧ ਰੱਖਦੇ ਹਾਂ, ਸਬਜ਼ੀਆਂ ਲਾਉਂਦੇ ਹੀ, ਸਬਜ਼ੀਆਂ ਲੈ ਕੇ ਜਾਂਦੇ ਮੰਡੀਆਂ 'ਚ, ਸਾਨੂੰ ਕੋਈ ਨਹੀਂ ਪੁੱਛਦਾ ਜੀ ਆੜ੍ਹਤੀਏ। ਅਸੀਂ ਵੇਚਣ ਵਾਲੇ 10 ਹੁੰਦੇ ਹਾਂ, ਲੈਣ ਵਾਲੇ 2-3 ਜਣੇ ਹੁੰਦੇ ਆ, ਸਬਜ਼ੀਆਂ ਆੜ੍ਹਤੀਆ ਕਹਿਣ ਦਾ ਰੱਖ ਕੇ ਉੱਠ ਜਾਓ, ਮੁੜ ਕੇ ਸਾਡੇ ਪੱਲੇ ਕੁਛ ਨਹੀਂ ਪਾਉਂਦਾ, ਉਹ 2-3 ਰੁਪਏ ਕਿਲੋ ਦੇ ਪਾਉਂਦਾ, ਕਹਿਣ ਦਾ ਸਬਜ਼ੀ ਖਰਾਬ ਹੋਊਗੀ, ਉਹ ਹੋਊਗੀ, ਜੋ ਹੋਊਗੀ, ਅਸੀਂ ਪਰੇ ਸਿੱਟਣੀ ਪਈ ਸਾਨੂੰ। ਸਾਡਾ ਬਹੁਤ ਬੁਰਾ ਹਾਲ ਹੋ ਰਿਹਾ ਜੀ, 2-3 ਸਾਲ ਹੋ ਗਏ ਜੀ, ਕਿਤੇ ਨੋਟਬੰਦੀ ਆ ਗਈ, ਕਿਤੇ ਪਿਛਲੇ ਸਾਲਾਂ 3 ਸਾਲ 'ਚ ਜਿਉਂ ਸਬਜ਼ੀਆਂ ਹੀ ਬੰਦ, ਸਾਡੀਆਂ ਡੋਲੜੀਆਂ ਕਰ ਸ਼ੁਰੂ ਕਰਤੀਆਂ ਸੀਗੀਆਂ, ਦੁੱਧ ਵੀ ਸਬਜ਼ੀਆਂ ਵੀ, ਅਸੀਂ ਜੀ ਬਹੁਤ ਪਰੇਸ਼ਾਨ ਹਾਂ। ਅਸੀਂ ਠੇਕੇ 'ਤੇ ਪੈਲੀਆਂ ਲੈ ਕੇ ਸਬਜ਼ੀਆਂ ਉਗਾਉਂਦੇ ਸੀ, ਸਾਰਾ ਬਾਲ ਬੱਚਾ ਨਿੱਕੇ ਮੁੱਟੇ ਸਣੇ ਬੁੜੀਆਂ ਬੰਦੇ ਲੱਗ ਕੇ ਹੀ ਤਿਆਰ ਕਰਦੇ ਸਬਜ਼ੀਆਂ, ਪਿਆਜ਼ ਦੀ ਤਰ੍ਹਾਂ ਜੀ, ਅਸੀਂ 1-2 ਸਾਲ ਤਿਆਰ ਨਹੀਂ ਕੀਤਾ ਸੀਗਾ, 100 ਰੁਪਏ ਕਿਲੋ ਵਿਕਿਆ ਪਿਆਜ਼,
ਜੇ ਸਬਜ਼ੀਆਂ ਅਸੀਂ ਗਾਂਹ ਨੂੰ ਨਾ ਤਿਆਰ ਕਰਾਂਗੇ, ਸਬਜ਼ੀਆਂ ਦੇਖ ਲਓ ਜੀ ਕੀ ਭਾਅ ਜਨਤਾ ਨੂੰ ਮਿਲਣਗੀਆਂ ਜੀ। ਸਾਨੂੰ ਸਰਕਾਰ ਨੂੰ ਪੂਰੀਆਂ ਸਹੂਲਤਾਂ ਸਾਨੂੰ ਕੋਈ ਨਾ ਕੋਈ ਮਿਲਣੀਆਂ ਚਾਹੀਦੀਆਂ, ਸਾਨੂੰ ਕੋਈ ਸਹੂਲਤ ਨਹੀਂ ਅੱਜ ਤਾਈਂ ਮਿਲੀ। ਅਸੀਂ ਤਾਂ ਜਮ੍ਹਾਂ ਗਰੀਬ ਆਦਮੀ ਮਰੇ ਪਏ ਹਾਂ ਜੀ। ਅਸੀਂ ਮਾਮਲੇ 'ਤੇ ਪੈਲੀਆਂ ਲੈ ਲੈ ਕੇ ਬੀਜਦੇ ਹਾਂ, ਦਵਾਈਆਂ ਦੇ ਵੀ ਅਸੀਂ ਪੈਕ ਦੇਣੇ ਹਾਂ, ਮਾਮਲਿਆਂ ਦੇ ਵੀ ਪੈਸੇ ਖੜ੍ਹੇ ਆ, ਸਬਜ਼ੀਆਂ ਸਾਡੀਆਂ ਵਿਕ ਨਹੀਂ ਰਹੀਆਂ, ਅਸੀਂ ਕੀ ਕਰਾਂਗੇ, ਕਿੱਧਰ ਨੂੰ ਜਾਵਾਂਗੇ ਜੀ। ਅਸੀਂ ਬੇਨਤੀ ਹੈ ਸਰਕਾਰ ਨੂੰ ਜੀ, ਅਸੀਂ ਸਾਨੂੰ ਸਾਡੀ ਮਦਦ ਕਰੇ, ਸਾਡੀਆਂ ਸਬਜ਼ੀਆਂ ਸਹੀ ਤਰ੍ਹਾਂ ਤਰੀਕੇ ਨਾਲ ਵਿਕਣੀਆਂ ਚਾਹੀਦੀਆਂ ਜੀ। ਸਾਨੂੰ ਕੋਈ ਨਾ ਕੋਈ ਉਹੋ ਜਿਹਾ ਸਹੂਲਤ ਕੱਢੇ ਜਿਹੜੀਆਂ ਸਾਡੀਆਂ ਸਬਜ਼ੀਆਂ ਵਿਕ ਰਹਿਣ, ਬੰਦੇ ਵੇਚਣਾ ਨੂੰ ਵੀ ਦੇਵੇ ਮੌਕਾ ਜੀ। ਬੰਦੇ ਵੱਧ ਤੋਂ ਵੱਧ ਵੇਚਣ ਵਾਲੇ ਆਉਣਗੇ ਤਾਂ ਸਾਡੀਆਂ ਸਬਜ਼ੀਆਂ ਵਿਕਣਗੀਆਂ। ਸਾਨੂੰ ਹਰ ਇੱਕ ਥਾਂ ਜਾਣ ਦੀ ਪਰਿਸ਼ ਮਿਲਣੀ ਚਾਹੀਦੀ ਹੈ ਜੀ। ਇਹੋ ਜਿਹੀ ਗੱਡੀਆਂ 'ਤੇ ਜਾਂਦੇ ਹਾਂ, ਕਿਰਾਏ ਵਾਲੀਆਂ ਗੱਡੀਆਂ ਹੁੰਦੀਆਂ, ਕੋਈ ਗੱਡੀ ਵਾਲਾ ਨਹੀਂ ਸਾਡੇ ਨਾਲ ਤੁਰਦਾ। ਇਹ ਜਦੋਂ ਲੈ ਕੇ ਜਾਂਦੇ ਹਾਂ, ਥਾਂ ਥਾਂ ਖੜ੍ਹੇ ਹੁੰਦੇ ਆ, ਮੁਲਾਜ਼ਮ ਸਾਨੂੰ ਡੈਕਦੇ ਆ ਸਾਡੀਆਂ ਗੱਡੀਆਂ ਨੂੰ, ਅਤੇ ਉਹ ਕਹਿੰਦੇ ਗੱਡੀਆਂ ਵਾਲੇ ਵੀ ਅਸੀਂ ਤੁਹਾਡਾ ਚਲਾਣ ਕੱਟਿਆ ਗਿਆ, ਜੋ ਵੀ ਕਹੋ ਸਾਡੇ ਨਾਲ ਕਾਰਵਾਈ ਹੋਈ ਅਸੀਂ ਤੁਹਾਡੇ 'ਤੇ ਸਿਰ ਲਵਾਂਗੇ, ਅਸੀਂ ਆਪਦੇ ਉੱਤੇ ਕੋਈ ਨਹੀਂ ਮੌਕਾ, ਅਸੀਂ ਸਾਰਾ ਵਜ਼ਨ ਆਪਦੇ 'ਤੇ ਚੱਕ ਕੇ ਫਿਰ ਅਸੀਂ ਲਿਜਾਂਦੇ ਹਾਂ। ਸਾਨੂੰ ਇਹਦੇ ਵਾਸਤੇ ਮਦਦ ਕਰਨੀ ਚਾਹੀਦੀ ਸਰਕਾਰ ਨੂੰ ਜੀ। ਸਾਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈ, ਜਦੋਂ ਮਰਜ਼ੀ ਸਾਡੀ ਗੱਡੀ ਸਬਜ਼ੀ ਵਾਲੀ ਚੈਕਿੰਗ ਹੋ ਸਕਦੀ ਹੈ, ਕੋਈ ਨਾ ਕੋਈ ਜੋ ਵੀ ਮਰਜ਼ੀ ਪ੍ਰੋਬਲਮ ਹੋਵੇ ਜੋ ਮਰਜ਼ੀ ਕੀਤਾ ਜਾਵੇ ਸਾਡੇ ਨਾਲ ਜੀ, ਧੱਕਾ ਸਾਡੇ ਨਾਲ ਨਹੀਂ ਹੋਣਾ ਚਾਹੀਦਾ, ਸਾਡੀਆਂ ਸਬਜ਼ੀਆਂ ਸਹੀ ਕੰਟਰੋਲ 'ਤੇ।